ਐਸੇ ਫਨਕਾਰ, ਐਸੇ ਗੀਤਕਾਰ, ਐਸੀ ਕਲਮ ਨੂੰ ਇੱਕ ਸ਼ਰਧਾ ਦੇ ਫੁੱਲ, ਇੱਕ ਫੁੱਲ ਕੀ ਕਰੇਗਾ, ਜਦੋਂ ਕਿ ਅੱਜ ਪੂਰੀ ਕਾਇਨਾਤ ਦੇ ਵਿੱਚ, ਪੂਰੇ ਜਿੱਥੇ ਵੀ ਪੰਜਾਬੀ ਬੈਠੇ ਨੇ, ਜਿਹੜੇ ਵੀ ਫੁੱਲਾਂ ਦੀ ਇੱਕ ਅੱਛੇ ਵਪਾਰ ਨੇ ਬਾਰੇ ਜਾਣਦੇ ਨੇ, ਉਹ ਮੈਂ ਜਿਸ ਦਿਨ ਇਹ ਭਾਣਾ ਵਾਪਰਿਆ, ਮੈਂ ਉਸ ਦਿਨ ਫੇਸਬੁੱਕ 'ਤੇ ਪਾਇਆ ਸੀਗਾ, ਅਤੇ ਘੱਟ ਤੋਂ ਘੱਟ ਲੱਖਾਂ ਲੋਕਾਂ ਨੇ ਇਸ ਗੱਲ ਦਾ ਅਫਸੋਸ ਹੀ ਨਹੀਂ ਮਨਾਇਆ, ਸਗੋਂ ਕਿਹਾ ਵੀ ਐਸੀ ਕਲਮ ਦੁਬਾਰਾ ਆ ਹੀ ਨਹੀਂ ਸਕਦੀ। ਔਰ ਚਲੋ, ਇੱਕ ਰਾਈਟਰ ਦਾ ਬਹੁਤ ਵਧੀਆ ਹੋਣਾ ਇਹ ਇੱਕ ਅਲੱਗ ਗੱਲ ਹੈ, ਔਰ ਉਹਦੇ ਨਾਲ ਇੱਕ ਇਨਸਾਨ ਦਾ ਖੂਬਸੂਰਤ ਹੋਣਾ, ਇਨਸਾਨ ਦਾ ਉਹਦੀ ਇਨਸਾਨੀਅਤ ਖੂਬਸੂਰਤ ਹੋਣੀ, ਉਹ ਬਹੁਤ ਮਾਅਨੇ ਰੱਖਦੀ ਹੈ। ਪ੍ਰੀਤਮਿੰਦਰ ਤਿਵਾੜੀ ਸਾਹਿਬ ਜਿੱਥੇ ਬਹੁਤ ਵਧੀਆ ਇਨਸਾਨ ਔਰ ਬਹੁਤ ਵਧੀਆ ਇੱਕ ਰਾਈਟਰ, ਔਰ ਉੱਥੇ ਇੱਕ ਰਿਸ਼ਤੇ ਦੀ ਸਾਂਝ ਪਗਾਉਣ ਵਾਲੇ ਸੀਗੇ। ਮੇਰੇ ਨਾਲ ਉਹਨਾਂ ਦਾ ਕੋਈ ਸਿੰਗਰ ਰਾਈਟਰ ਦਾ ਰਿਸ਼ਤਾ ਨਹੀਂ ਸੀਗਾ, ਮੇਰੇ ਨਾਲ ਇੱਕ ਪਰਿਵਾਰਕ ਸਾਂਝ ਸੀਗੀ। ਅਸੀਂ ਜਦੋਂ ਵੀ ਮੇਰੇ ਕੋਲ ਆਉਂਦੇ ਹੁੰਦੇ ਸੀ, ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀਗਾ ਕਿ ਤਿਵਾੜੀ ਸਾਹਿਬ ਜਦੋਂ ਵੀ ਮੇਰੇ ਕੋਲ ਆਉਣਾ ਹੋਵੇ ਨਾ, ਇੱਕ ਦਿਨ ਲਈ ਨਾ ਆਇਆ ਕਰੋ, ਮੈਨੂੰ ਮੇਰਾ ਢਿੱਡ ਨਹੀਂ ਭਰਦਾ ਗੱਲਾਂ ਕਰਕੇ ਤੁਹਾਡੇ ਨਾਲ, ਕਿਉਂਕਿ ਅਸੀਂ ਕੋਈ 35 ਸਾਲ ਤੋਂ ਵਾਵਸਤਾ ਇੱਕ ਦੂਸਰੇ ਦੇ ਪਰਿਵਾਰ ਨਾਲ। ਮੈਂ ਆਪਣੇ ਪਿੰਡ ਰਹਿੰਦਾ ਹੁੰਦਾ ਸੀ ਖੇੜੀ ਨੌਜ ਸਿੰਘ, ਮੇਰੇ ਫਾਕਾ ਕਸ਼ੀ ਦੇ ਦਿਨ, ਮੇਰੇ ਗਰੀਬੀ ਦੇ ਦਿਨਾਂ ਦਾ ਦੋਸਤ ਸੀਗੇ ਉਹ, ਅਤੇ ਸਾਰੀ ਸਾਰੀ ਰਾਤ ਅਸੀਂ ਉਦੋਂ ਵੀ ਪਿੰਡ, ਜਦੋਂ ਫਾਕਾ ਕਸ਼ੀ ਦੇ ਦਿਨ ਸੀ ਉਦੋਂ ਵੀ ਗੱਲਾਂ ਮਾਰਦੇ ਹੁੰਦੇ ਸੀ। ਸੋ ਸਿਆਣੇ ਕਹਿੰਦੇ ਵੀ ਜਿਸ ਬੰਦੇ ਨੇ ਕਿਸੇ ਦੀ ਗਰੀਬੀ ਦੇਖੀ ਹੋਵੇ, ਅਤੇ ਅਮੀਰਤ ਜਦੋਂ ਉਹ ਕਿਸੇ ਦੀ ਦੇਖਦਾ ਹੈ ਜਾਂ ਉਹਦਾ ਨਾਂ ਨੇਮ ਫੇਮ ਦੇਖਦਾ, ਤਾਂ ਉਹਨੂੰ ਬੜਾ ਨਸ਼ਾ ਹੁੰਦਾ, ਇੱਕ ਬੜਾ ਚਾਅ ਹੁੰਦਾ। ਤਿਵਾੜੀ ਸਾਹਿਬ ਉਹਨਾਂ 'ਚੋਂ ਸੀਗੇ, ਔਰ ਉਹਨਾਂ ਦੇ ਬੱਚੇ, ਉਹਨਾਂ ਦੇ ਧਰਮ ਸੁਪਤਨੀ, ਇੱਕ ਰਿਸ਼ਤੇ ਦੀ ਸਾਂਝ ਐਸੀ ਪਗਾਉਣ ਵਾਲੇ ਬੰਦੇ। ਕੋਈ ਵੀ ਦਿਲ ਦੀ ਗੱਲ ਮੈਂ ਵੀ ਕਰ ਲੈਂਦਾ ਸੀਗਾ ਅਤੇ ਉਹ ਵੀ ਕਰ ਲੈਂਦੇ ਸੀਗੇ। ਜਿਵੇਂ ਮੈਂ ਪਹਿਲਾਂ ਕਿਹਾ ਕਿ ਰਾਈਟਰ ਅਤੇ ਸਿੰਗਰ ਦੇ ਵਿੱਚ ਇੱਕੋ ਹੀ ਤਾਲੁਕ ਹੁੰਦਾ ਗਾਣਿਆਂ ਦਾ, ਮੇਰਾ ਗਾਣਿਆਂ ਤੱਕ ਤਾਲੁਕ ਨਹੀਂ ਸੀ। ਗਾਣਿਆਂ ਤੋਂ ਹੋਏ ਨੂੰ ਤਾਂ ਉਹਨਾਂ ਦਾ ਬਹੁਤ ਦੇਰ ਹੋ ਗਈ, ਮੇਰੇ ਖਿਆਲ ਲਾਸਟ ਗਾਣਾ ਮੈਂ ਉਹਨਾਂ ਦਾ 7-8 ਸਾਲ ਪਹਿਲਾਂ ਕੀਤਾ ਸੀ, ਸੱਜ ਕੇ ਨਾ ਨਿਕਲੋ ਸੋਹਣੇ ਮੌਸਮ ਖਰਾਬ ਹੈ। ਸੋ ਘਰ ਦੀ ਕੋਈ ਵੀ ਗੱਲ, ਘਰ ਦੀ ਕੋਈ ਵੀ ਦਿਲ ਦੀ ਗੱਲ ਅਸੀਂ ਇੱਕ ਦੂਸਰੇ ਨਾਲ ਸਾਂਝੀ ਕਰਦੇ ਹਾਂ, ਜਿਹੜੇ ਜਿੱਥੇ ਇਹ ਸਾਂਝੀ ਹੋਵੇ ਉੱਥੇ ਬਹੁਤ ਕਰੀਬੀ ਰਿਸ਼ਤਾ ਹੁੰਦਾ। ਜ਼ਰੂਰੀ ਨਹੀਂ ਹੁੰਦਾ ਕੋਈ ਬਲੱਡ ਦੇ ਖੂਨ, ਬਲੱਡ ਦਾ ਹੀ ਖੂਨ, ਜਿਹੜਾ ਬਲੱਡ ਦੇ ਵਿੱਚ ਜਿਹੜਾ ਰਿਸ਼ਤਾ ਹੈ, ਰਿਲੇਸ਼ਨ, ਬਲੱਡ ਰਿਲੇਸ਼ਨ ਹੈ, ਉਹੀ ਬਹੁਤ ਹੁੰਦਾ। ਔਰ ਜਿੱਥੇ ਤੁਹਾਡੀ ਰੂਹ ਦੀ ਚਾਹਤ ਹੋਵੇ, ਜਿੱਥੇ ਤੁਹਾਡੀ ਰੂਹ ਖੁੱਲ੍ਹਦੀ ਹੋਵੇ, ਉਹ ਸਭ ਤੋਂ ਵੱਡਾ ਰਿਸ਼ਤਾ ਹੁੰਦਾ। ਔਰ ਬਹੁਤ ਸਾਰੇ ਗਾਣੇ ਜਿਹੜੇ ਉਹਨਾਂ ਨੇ ਐਸੇ ਲਿਖੇ ਨੇ ਜਿਹੜੇ ਮੇਰਾ ਖਿਆਲ ਹੈ ਬਹੁਤ ਹੀ ਘੱਟ ਸੋਚ ਹੋਏਗੀ। ਆਪਣੀ ਆਪਣੀ ਸੋਚ ਦੇ ਮਾਲਕ ਨੇ ਸਾਰੇ ਲੋਕ, ਪਰ ਐਸੀ ਸੋਚ ਘੱਟ ਹੋਏਗੀ। ਬਲੂਆਂ ਨੇ, ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਸੀ, ਭਾਅ ਜੀ ਤੁਹਾਡੀ ਕੀ ਇੱਛਾ ਹੈ ਗਾਣੇ ਦੇ ਵਿੱਚ ਕੁਛ ਕਰਨ ਦੀ? ਕਹਿੰਦੇ ਯਾਰ, ਮੈਂ ਬੱਲੂਆਣੇ ਨੂੰ ਨਾ, ਮੈਂ ਪੂਰੇ ਵਰਲਡ 'ਚ ਉਹਦਾ ਨਾਮ ਪਹੁੰਚਾਉਣਾ ਚਾਹੁੰਦਾ, ਔਰ ਮੈਂ ਦੱਸਣਾ ਚਾਹੁੰਦਾ ਵੀ ਇੱਕ ਬਠਿੰਡੇ ਡਿਸਟ੍ਰਿਕਟ ਦੇ ਪਿੰਡ ਬੱਲੂਆਣੇ 'ਚ ਉੱਠ ਕੇ ਬੰਦਾ ਕਿੱਥੇ ਤੱਕ ਪਹੁੰਚਿਆ। ਔਰ ਉਹ ਰੱਬ ਨੇ ਇੱਛਾ ਉਹਨਾਂ ਦੀ ਪੂਰੀ ਵੀ ਕੀਤੀ। ਕਿੰਨੀਆਂ ਫਿਲਮਾਂ ਦੇ ਗਾਣੇ ਉਹਨਾਂ ਨੇ, ਗੁਰਦਾਸ ਮਾਨ ਸਾਹਿਬ ਦੀਆਂ ਫਿਲਮਾਂ ਦੇ ਗਾਣੇ, ਮੇਰੀਆਂ ਫਿਲਮਾਂ ਦੇ ਗਾਣੇ ਲਿਖੇ ਉਹਨਾਂ ਨੇ ਬਹੁਤ ਜ਼ਿਆਦਾ। ਔਰ ਇੱਕ ਪੇਸ਼ੈਂਸ ਜਿਹੜੀ ਹੈ, ਇੱਕ ਸਬਰ ਜਿਹੜਾ ਜਿਹੜਾ ਬਹੁਤ ਘੱਟ ਲੋਕਾਂ ਦੇ ਵਿੱਚ ਪਾਇਆ ਜਾਂਦਾ, ਉਹ ਮੈਂ ਉਹਨਾਂ 'ਚ ਬਹੁਤ ਦੇਖਿਆ। ਅਤੇ ਉਹਨਾਂ ਨੇ ਮੈਨੂੰ ਕਦੇ ਨਹੀਂ ਕਿਹਾ ਕਿ ਭਾਅ ਜੀ ਮੇਰਾ ਹੁਣ ਗਾਣਾ ਰਿਕਾਰਡ ਕਰਾਓ, 7-8 ਸਾਲ ਹੋ ਗਏ, 10 ਸਾਲ ਹੋ ਗਏ, ਆਪਣਾ ਗਾਣਾ ਨਹੀਂ ਹੋਇਆ, ਗਾਣੇ ਦੀ ਕਦੇ ਗੱਲ ਹੀ ਨਹੀਂ ਸੀ ਹੁੰਦੀ। ਸੋ ਜਿੱਥੇ ਆਪਣੇ ਸਨੀ ਨੂੰ, ਉਹਨਾਂ ਦੇ ਬੇਟੇ ਨੂੰ, ਉਹਨਾਂ ਦੇ ਲਖਤੇ ਜਿਗਰ ਨੂੰ,
ਉਹਨਾਂ ਦੀ ਦੁਖਤਰ ਬੇਟੀ, ਉਹਨਾਂ ਦੀ ਮਨੀ ਭੈਣ ਜੀ ਸਾਡੇ ਲਤਾ ਜੀ, ਔਰ ਉਹਨਾਂ ਦੇ ਜਿੰਨੇ ਵੀ ਬਲੂਆਣਾ ਖਾਨਦਾਨ ਉਹਨਾਂ ਦਾ ਸਾਰਾ, ਉਹਨਾਂ ਦੇ ਚਾਚੇ ਤਾਏ ਬ੍ਰਦਰ ਭਤੀਜੇ ਭਾਣਜੇ ਸਾਰੇ, ਉਹਨਾਂ ਦੀਆਂ ਭੈਣਾਂ ਉਹਨਾਂ ਦੇ ਭਾਣਜੇ, ਬਹੁਤ ਦੁੱਖ ਹੈ ਉਹਨਾਂ ਨੂੰ, ਉਹ ਤਾਂ ਕਿਹਾ ਹੀ ਨਹੀਂ ਜਾ ਸਕਦਾ ਕੁਛ। ਔਰ ਉਹ ਦੁੱਖ ਹੈ ਜਿਹੜਾ ਪਲ ਪਲ 'ਤੇ, ਉਹ ਇਹ ਜ਼ਖਮ ਹੈ ਜਿਹੜਾ ਪਲ ਪਲ 'ਤੇ ਰਿਸਣਾ, ਜ਼ਿੰਦਗੀ ਭਰ ਰਿਸਦਾ ਰਹੇਗਾ। ਔਰ ਇਹ ਉਹ ਜ਼ਖਮ ਹੈ ਜਿਹੜਾ ਕਦੇ ਨਾ, ਮਤਲਬ ਜਿਹਦੀ ਤਾਂ ਨਸੂਰ ਹੀ ਨਹੀਂ ਆਉਣਾ ਕਦੇ। ਕਿਉਂਕਿ ਮੈਂ ਹੁਣੇ ਗੱਲ ਕਰਦਾ ਸੀਗਾ ਕਿ ਮਰਨ ਵਾਲਾ ਇੱਕ ਵਾਰੀ ਮਰਦਾ, ਅਤੇ ਉਹਦੇ ਪਿਛਲੇ ਰਹਿੰਦੇ ਜਿਹੜੇ ਬੰਦੇ ਆ ਉਹ ਪਲ ਪਲ ਮਰਦੇ ਆ। ਕੱਲ੍ਹ ਨੂੰ ਸਨੀ ਦਾ ਵਿਆਹ ਹੋਣਾ, ਉਸ ਦਿਨ ਉਹਨਾਂ ਨੇ ਫਿਰ ਮਰਨਾ, ਕੱਲ੍ਹ ਨੂੰ ਫਿਰ ਸਨੀ ਦੇ ਬੱਚੇ ਹੋਣਗੇ, ਉਸ ਦਿਨ ਫਿਰ ਮਰਨਗੇ ਉਹ।